अच्छा, ताड़ा की नाम जी? मेरा नाम इंदर सिंह, मेरे बाप का नाम सवर्ण सिंह जी, जी मेरे दादे का नाम पाल सिंह, अज साडी लम्मे। अच्छा अच्छा, ताड़े कद लम्मे होने ना जी? हाँ कद लम्बे तो पिंड कालमा जद्दीपुर पिंड कालमा तो गोद कालो तो जिला जलंधर तहसील करतारपुर है ना जी। ठीक है जी, तो ताड़ी कितनी उम्र सी जी? 47 वेले मेरी, मैं 6वीं च पढ़ता सी सराय खास, मैं करतारपुर चल गया ही था सराय खास चार जमात चौथी तक सी। अच्छा, किहड़े टीचर तुहानू पढ़ाउंदे सीगे उत्थे? कित्थे? करतारपुर। करतारपुर जगन्नाथ जी है जी, ते वो बम्बर होणगे जां होणगे ठीक है। वो भाग का मुंडा ही, वह पे बड़िया बेचता हूँ जी, वह मुंडा जगन्नाथ मास्टर लगा जी, वह पढ़ा हो सकता। जो अपना मनीष तिवाड़ी आ कांग्रेस का लीडर, वह जो बाप से बिशमनाथ तिवाड़ी, वह भी करतारपुर का सी, हो सकता वह बाबा बुबा लगता हो। ठीक है जी, पिछो करतारपुर भी है, इन्ना पता नहीं। ठीक है जी, ठीक है। मुसलमान बच्चे पढ़ते सी? गुलाम मोहम्मद मोहम्मद रशीद खिटी महल का, करतारपुर के, करतारपुर मोहम्मद गुलाम टाली साहब का। अच्छा अच्छा अच्छा, इन्हां दे की कारोबार सी, की काम धंधा करते सी इन्हां दे मापे? उन्हां दे तो मतलब दुकानां तो नहीं सी, मोहम्मद शरीफ दी अगर। अच्छा, खटीकां दे महल्ले करतारपुर। अच्छा अच्छा, ते जिहड़ा गुलाम मोहम्मद सी ओह करतार टाली साहब दा, टाली साहब दा वी मुंडा पढ़दा सी सुच्चा सिंह। अच्छा, असीं क्लास पहलो सी, ओह वी नाल लगा सी, ओह खेती करदे जे पिंड दे सी, जिद्दां इह सी इह सी, ओह सानूं जाणदा सी ते ਤੁਹਾਡਾ ਕੀ ਨਾਮ ਚੱਲਦਾ ਸੀ ਉਦੋਂ? ਛੋਟਾ ਨਾਮ ਮਿੰਦਰ, ਇਹੀ ਨਾਂ ਲੈਂਦੇ ਸੀ? ਅੱਛਾ, ਜਿਹੜਾ ਤੁਹਾਡਾ ਪਿੰਡ ਆ ਕਾਲਮਾ, ਇਹਦੇ ਵਿੱਚ ਕਿੰਨੇ ਕੁ ਮੁਸਲਮਾਨ ਰਹਿੰਦੇ ਸੀਗੇ? ਇਹ ਤੇ ਮੈਂ ਹੁਣ ਦੱਸ ਦਿੰਦਾ, ਤਾਂ ਮੈਂ ਗਿਣੇ ਨਹੀਂ ਅੱਗੇ। ਉਹਨੇ ਅੰਦਾਜ਼ਾ 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 ਪਰਿਵਾਰਾਂ ਦੇ ਹਿਸਾਬ ਨਾਲ ਦੱਸ ਦਿਓ, ਕਿਹੜੇ ਕਿਹੜੇ ਪਰਿਵਾਰ, ਕਿਹੜੇ ਕਿਹੜੇ ਨਾਮ? ਇਹ ਜਿਹੜਾ ਸੀਗਾ ਹੁਣ ਨੇਕ ਮੁਹੰਮਦ ਆ। ਹਾਂਜੀ, ਨੇਕ ਮੁਹੰਮਦ ਆ ਜੀ, ਇਹ ਜਾ ਭਰਾ ਆ ਪੰਜ ਜੀ ਜੀ ਹਾਂਜੀ ਚਾਰ, ਤੇ ਇਹਨਾਂ ਦਾ ਬਾਪ ਜਿਹੜਾ ਸੀਗਾ ਉਹ ਚਾਰ ਭਰਾ ਸੀਗੇ ਜੀ ਜੀ ਹਾਂਜੀ। ਅੱਛਾ ਅੱਛਾ ਅੱਛਾ, ਤੇ ਉਹ ਮੈਂ ਜਿਹੜੇ ਦੇਖੇ ਸੀ ਖੈਰਾ ਦੇਖਿਆ ਸੀ। ਅੱਛਾ ਜੀ, ਤੇ ਬੂਟਾ ਦੇਖਿਆ ਸੀ, ਮੇਰੂ ਦੇਖਿਆ ਸੀ ਮੱਛੀ ਬੱਕਰੀਆਂ ਚਾਰਦਾ ਜੀ ਜੀ, ਤੇ ਸ਼ੇਰਾ ਸ਼ੇਰ ਮੁਹੰਮਦ ਦੇਖਿਆ ਸੀ। ਅੱਛਾ ਅੱਛਾ ਹਾਂਜੀ, ਤੇ ਇਹ ਫਿਰ ਉਹਦਾ ਬਾਪ ਦਾ ਨਾਮ ਨਿਹਾਲ ਸੀਗਾ, ਅਸੀਂ ਉਹਨੂੰ ਬਾਬਾ ਕਹਿੰਦੇ ਸੀ। ਨਿਹਾਲ ਸੀਗਾ। ਠੀਕ ਠੀਕ ਠੀਕ, ਤੇ ਉਹ ਦੂਜਿਆਂ ਦਾ ਵੀ ਦੱਸ ਦਿਓ, ਮਲੰਗ ਦੇ ਵੀ ਕਿੰਨੇ? ਅੱਛਾ, ਉਹਦਾ ਭਰਾ ਹੋਰ ਸੀ ਇੱਕ, ਇੱਥੇ ਮਲੰਗ। ਠੀਕ ਹੈ ਜੀ, ਉਹਦੇ ਘਰੋਂ ਫੱਤੀ ਸੀਗੀ। ਅੱਛਾ ਅੱਛਾ, ਉਹਦੇ ਮੁੰਡੇ ਸੀਗੇ ਚਾਰ, ਕੰਮੂ ਤੇ ਇੱਕ ਮਹਿੰਗਾ ਬਾਤੀ ਪਰਿਵਾਰ ਆ। ਇਹ ਪਤਾ ਕਿਹੜੇ ਪਿੰਡ ਉੱਠ ਕੇ ਆਏ ਸੀ? ਕੌਣ? ਨੇਕ ਮੁਹੰਮਦ, ਇਹ ਤਾਂ ਸਾਡੇ ਤੋਂ ਪਹਿਲਾਂ ਤੋਂ ਬੁੜਿਆਂ ਦੇ ਦੋਸਤ ਆ, ਤਾਂ ਇਹ ਸਾਨੂੰ ਕੀ ਪਤਾ? ਅੱਛਾ, ਪਹਿਲਾਂ ਦਾ ਠੀਕ ਹੈ। ਤੇ ਉਸ ਦੌਰ ਵਿੱਚ ਜਦੋਂ ਰੌਲੇ ਪਏ ਨਾ, ਉਦੋਂ ਤਾਂ ਇੱਥੇ ਸੀ ਇਹ। ਇਹ ਤਾਂ ਇੱਥੇ ਸੀਗੇ, ਇਹ ਤਾਂ ਇੱਥੇ ਸੀਗੇ ਪਹਿਲੇ। ਫਿਰ ਤੁਹਾਡੇ ਪਿੰਡ ਕੋਈ ਜਥਾ ਤਾਂ ਨਹੀਂ ਆਇਆ? ਸਾਡੇ ਪਿੰਡ ਜਥਾ ਕੋਈ ਨਹੀਂ ਆਇਆ। ਸਾਡੇ ਪਿੰਡ ਦੇ ਕਿਹਾ ਸੀ ਕਿ ਤੁਸੀਂ ਕੋਈ ਛੇੜਖਾਨੀ ਨਾ ਕਰਿਓ, ਤੁਹਾਡਾ ਬਾਲ ਬੰਗਾ ਨਹੀਂ ਹੋਣ ਦਿਓ। ਠੀਕ ਹੈ, ਇਹਨਾਂ ਨੂੰ ਕਿਸੇ ਨੇ ਕੁਛ ਨਹੀਂ ਕਿਹਾ। ਜਿਹੜੇ ਬੰਦੇ ਗਏ ਆ ਉਹ ਆਪਣੀ ਮਰਜ਼ੀ ਨਾਲ ਗਏ ਆ। ਗੁਰਦੁਆਰੇ ਇਹ ਨਾਲ ਆਇਆ ਸੀ, ਤੇਗ ਕਰਾਈ ਸੀ, ਪਿਸ਼ਾਬ ਵੰਡਿਆ ਸੀ, ਇਕੱਠੇ ਖਾਧਾ ਸੀ। ਅੱਛਾ 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 ਅੱਛਾ, ਬਾਕੀ ਆਪੇ ਜਾਏਗਾ। ਨਿਹਾਲ ਵੀ ਸੀਗਾ, ਮਲੰਗ ਵੀ ਸੀਗਾ, ਦੂਜਾ ਜਿਹੜਾ ਹੁਣ ਹੈਗਾ ਮੁੰਡਾ ਉਹ ਛਿੰਦਾ, ਉਹਦਾ ਬਾਬਾ ਜਿਹੜਾ ਸੀਗਾ ਉਹ ਚਾਨਣ, ਉਹ ਵੀ ਸੀਗਾ, ਲੱਭੂ ਵੀ ਸੀਗਾ। ਅੱਛਾ ਹਾਂਜੀ, ਉਹ ਇੱਥੇ ਰਹੇ ਆ ਤੇ ਚਾਨਣ ਮੇਰੇ ਤੋਂ ਚਲਾ ਗਿਆ, ਤੇ ਬਾਕੀ ਮਰਾਸੀ ਮੁਨਸ਼ੀ ਹੁਣ ਮੇਰਾ ਮਹੀਨਾ ਕੁ ਹੋਇਆ। ਮੁਨਸ਼ੀ ਜਿਹੜਾ ਸੀ ਨਾ ਮੁਨਸ਼ੀ, ਉਹ ਤਾਂ ਫੱਜੂ ਦਾ ਭਰਾ, ਫੱਜੂ ਦਾ ਭਰਾ ਸੀ ਨਾ ਮੁਨਸ਼ੀ, ਉਹ ਹੁਣ ਮਰਿਆ ਜੇ ਆ ਮਹੀਨਾ ਕੁ ਹੋਇਆ। ਤੁਹਾਡੇ ਤਾਇਆ ਜੀ ਦਾ ਕੀ ਲੱਗਦਾ ਸੀ? ਉਹ ਜੀ ਪਰਿਵਾਰ ਚੋਂ ਸੀ, ਪਰਿਵਾਰ ਚੋਂ ਸੀ। ਉਹ ਵੀ ਤਾਂਦਲਿਆਂ ਵਾਲੇ ਰਹਿੰਦੇ ਸੀ? ਨਹੀਂ ਜੀ, ਉਹ ਅੱਗੇ ਰਹਿੰਦੇ ਸਿੰਧ 'ਚ। ਸਿੰਧ 'ਚ ਰਹਿੰਦੇ ਸੀਗੇ? ਠੀਕ ਹੈ ਜੀ, ਠੀਕ ਹੈ। ਤੇ ਤਾਂਦਲਿਆਂ ਵਾਲੇ ਜਿਹੜੇ ਬਾਕੀ ਪਰਿਵਾਰ ਸਾਰਾ
ਤਾਂ ਵਾਲੇ ਰਹਿੰਦਾ ਜਿਹੜਾ ਤੁਹਾਡੇ ਸਕੇ ਆ ਜਿਹੜੇ ਸਾਡੇ ਸਕੇ ਆ ਜਿਹੜੇ ਸਾਡੇ ਬਾਬੇ ਦੇ ਭਰਾ ਦੀ ਔਲਾਦ ਹੈ ਜਿਹੜੇ ਮਲੰਗ ਮਲੰਗ ਦੀ ਔਲਾਦ ਹੈ ਉਹ ਵੀ ਸਾਰੀ ਤਾਂਦੜਾਂ ਵਾਲੇ ਰਹਿੰਦੀ ਆ ਠੀਕ ਹੈ ਤੇ ਕੁਛ ਇੱਕ ਦਾ ਪਰਿਵਾਰ ਜਿਹੜਾ ਉਹ ਲਾਹੌਰ 'ਚ ਵੀ ਰਹਿੰਦਾ ਠੀਕ ਠੀਕ ਬਾਕੀ ਉਹ ਉਹਨਾਂ ਦਾ ਜਿਹੜਾ ਉਹਨਾਂ ਦੇ ਵਿੱਚੋਂ ਨਾ ਇੱਕ ਚਾਚਾ ਸਾਡਾ ਜਿਹੜਾ ਜੀ ਜੀ ਉਹ ਅਜੇ ਹੈਗਾ ਮਹਿੰਗਾ ਉਹਦਾ ਨਾਂ ਆ ਠੀਕ ਠੀਕ ਉਹ ਅਜੇ ਹੈਗੇ ਆ ਜਿੰਨਾ ਚਿਰ ਉੱਥੇ ਮੈਂ 18 ਦਿਨ ਮੈਂ ਰਿਹਾ ਮੈਂ ਤੇ ਮੇਰੇ ਘਰ ਦੀ ਇਹੋ ਹੀ ਗੱਲਾਂ ਬਾਤਾਂ ਨੀ ਸਾਡੇ ਕੋਲ ਮੁੱਕੀਆਂ ਔਰ ਬੰਦੇ ਜਿਹੜੇ ਮਿਲਣ ਆਉਂਦੇ ਰਹੇ ਦੂਰੋਂ ਦੂਰੋਂ ਮਿਲਣ ਆਉਂਦੇ ਸੀ ਜਿਹਨਾਂ ਨੂੰ ਪਤਾ ਲੱਗਦਾ ਸੀ ਜਿਹੜੇ ਬਜ਼ੁਰਗ ਸੀਗੇ ਵੀ ਅਸੀਂ ਉਹ ਗੱਲਬਾਤ ਸੁਣਾਂਗੇ ਜਾਂ ਕਰਾਂਗੇ ਜਾਂ ਅਸੀਂ ਦੱਸਾਂਗੇ ਵੀ ਉਹ ਹਾਲਾਤ ਕਿਹੋ ਜਿਹੇ ਹੋਏ ਮੈਨੂੰ ਵੀ ਸ਼ੌਂਕ ਸੀਗਾ ਮੈਂ ਕਰਦਾ ਰਿਹਾ ਅਤੇ ਉਹ ਬੜੀਆਂ ਗੱਲਾਂ ਬਾਤਾਂ ਉਹਨਾਂ ਨੇ ਸਾਨੂੰ ਦੱਸੀਆਂ ਇੱਦਾਂ ਦੀਆਂ ਜੀ ਜੀ ਇੱਕ ਜੀ ਅਸੀਂ ਇੱਕ ਨਾ ਪਿੰਡ 'ਚ ਗਏ ਇੱਕ 'ਚ ਇੱਕ ਚੱਕ 'ਚ ਮੈਨੂੰ ਹੁਣ ਯਾਦ ਨਹੀਂ ਉਹ ਸ਼ਾਇਦ ਕੱਤੀ ਚੱਕ 'ਚ ਗਏ ਜੀ ਜੀ ਉੱਥੇ ਨਾ ਉਹ ਜਦੋਂ ਉਹਨੂੰ ਪਤਾ ਲੱਗਾ ਨਾ ਇੱਕ ਬਜ਼ੁਰਗ ਨੂੰ ਸਾਡੇ ਲਾਗੇ ਆ ਪਿੰਡ ਜੱਲਾ ਪਿੰਡ ਹੈ ਜੱਲਾ ਉਹ ਜੱਲੇ ਤੋਂ ਗਏ ਅਸੀਂ ਉੱਠ ਕੇ ਉਹ ਜਦੋਂ ਬਜ਼ੁਰਗ ਨੂੰ ਪਤਾ ਲੱਗਾ ਨਾ ਵੀ ਕੋਈ ਇੰਡੀਆ ਤੋਂ ਕੋਈ ਆਇਆ ਮਹਿਮਾਨ ਮਿਲਣ ਵਾਸਤੇ ਅਤੇ ਉਹ ਜਿੱਦਾਂ ਕੱਪੜੇ ਉਹਨੇ ਪਾਏ ਸੀ ਚਾਦਰ ਲਾਈ ਸੀ ਅਤੇ ਕਮੀਜ਼ ਮੋਢੇ 'ਤੇ ਰੱਖ ਕੇ ਅਤੇ ਹੁੱਕਾ ਚੱਕਿਆ ਉੱਦਾਂ ਹੀ ਆ ਗਏ ਦੌੜਾ ਆਇਆ ਕਹਿੰਦਾ ਮੈਂ ਕਿਹਾ ਅਸੀਂ ਉਹ ਕਹਿੰਦਾ ਮੈਂ ਕਿਹਾ ਯਾਰ ਚੱਲੇ ਨਾ ਜਾਵੇ ਕਦੇ ਫਿਰ ਉਹਨੇ ਗੱਲਾਂ ਬਾਤਾਂ ਹੋਈਆਂ ਉਹ ਕਹਿੰਦਾ ਜੀ ਅਸੀਂ ਮੇਰਾ ਜਿਹੜਾ ਸਾਡਾ ਕਾਲ ਮਾਤਾ ਤਾਂ ਜੱਲੇ ਦਾ ਕੋਈ ਫਰਕ ਨਹੀਂ ਸੀਗਾ ਮਿਲਦੇ ਸੀ ਉੱਧਰ ਉੱਧਰ ਹੀ ਅਤੇ ਫਿਰ ਉਹਨੂੰ ਮੈਂ ਪੁੱਛਿਆ ਮੈਂ ਕਿਹਾ ਤੁਹਾਡਾ ਖੂਹ ਕਿੱਥੇ ਸੀਗਾ ਤੁਸੀਂ ਮਤਲਬ ਘਰ ਕਿੱਥੇ ਸੀ ਉਹ ਕਹਿੰਦਾ ਘਰ ਤਾਂ ਚਲੋ ਪਿੰਡ ਦੇ ਵਿੱਚ ਹੀ ਸੀਗਾ ਜਿਹੜਾ ਮੇਰਾ ਸਾਡਾ ਖੂਹ ਸੀ ਉਹ ਅਨਾਰਾ ਵਾਲਾ ਖੂਹ ਕਹਿੰਦੇ ਸੀ ਅਨਾਰਾ ਵਾਲਾ ਖੂਹ ਅਸੀਂ ਚੰਗੀ ਤਰ੍ਹਾਂ ਜਾ ਦੇਖਿਆ ਅਸੀਂ ਉੱਥੇ ਬਾਅਦ 'ਚ ਵੀ ਉਹਦਾ ਨਾਂ ਚੱਲਦਾ ਰਿਹਾ ਅਨਾਰਾ ਵਾਲਾ ਖੂਹ ਜੀ ਅਸੀਂ ਪਸ਼ੂ ਚਾਰ ਦਿਨ ਉੱਥੇ ਜੀ ਅੱਜ ਵੀ ਚੱਲਦਾ ਅੱਜ ਵੀ ਚੱਲਦਾ ਜੀ ਨਾਰਾ ਵਾਲਾ ਖੂਹ ਹਾਂਜੀ ਹਾਂਜੀ ਚੱਲਦਾ ਅੱਛਾ ਅੱਛਾ ਅਨਾਰਾ ਵਾਲਾ ਖੂਹ ਚੱਲਦਾ ਅੱਛਾ ਦਲੌਰ ਵਾਲਾ ਖੂਹ ਚੱਲਦਾ ਇੱਕ ਦਲੌਰ ਸੀਗਾ ਬਹੁਤ ਤਕੜਾ ਬੰਦਾ ਸੀ ਉੱਥੋਂ ਦਾ ਉਸ ਟਾਈਮ 'ਚ ਤਕੜਾ ਸੀ ਉਹ ਇੱਥੇ ਉਹ ਪਿੰਡਾਂ ਦੇ ਵਿੱਚ ਮਾੜਾ ਬੰਦਾ ਅੱਛਾ ਇਹ ਦਲਾਵਰ ਹੋਣਾ ਬਾਰੇ ਦੋ ਚਾਰ ਗੱਲਾਂ ਦੱਸੋ ਜੀ ਜਿਹੜੇ ਜੱਲੇ ਦੇ ਦਲਾਵਰ ਸੀਗੇ ਹਾਂਜੀ ਉਹਦੇ ਬਾਰੇ ਕਿੱਦਾਂ ਦਾ ਬੰਦਾ ਸੀ ਦਲਾਵਰ ਉਹ ਸੀਨੀਅਰ ਬੰਦਾ ਸੀ ਜਿੱਦਾਂ ਸਰਪੰਚ ਕਹਿ ਜੋ ਅੱਛਾ ਜੀ ਉਹ ਘੋੜੀ 'ਤੇ ਘੁੰਮਦਾ ਸੀ ਫਿਰ ਕੀ ਬਣਿਆ ਉਹਦਾ ਉਹ ਮਾਰਿਆ ਗਿਆ ਸੀ ਉਹਨੂੰ ਮਾਰਤਾ ਸੀ ਜਾਂਦਾ ਸੀ ਕਿਤੇ ਘੋੜੀ ਅੱਛਾ ਅੱਛਾ ਉਹ ਇੱਦਾਂ ਸੀਗਾ ਵੀ ਇਸ ਮਾਰੇ ਇਸ ਕਰਕੇ ਉਹ ਪਿੰਡ ਦਾ ਜਿੱਦਾਂ ਸਰਕਟ ਬੰਦਾ ਸੀਗਾ ਦੋ ਚਾਰ ਭਰਾ ਤਕੜੇ ਸੀ ਉਹ ਲੋਕਾਂ ਨੇ ਸੋਚਿਆ ਵੀ ਜੇ ਇਹਨਾਂ ਦੇ ਉੱਤੇ ਕੋਈ ਹਮਲਾ ਹੁਮਲਾ ਕਰੀਏ ਤਾਂ ਮਤਲਬ ਇਹ ਬੰਦਾ ਜੇ ਹੈਗਾ ਤਾਂ ਨਹੀਂ ਉਹਨੇ ਸਿਰੇ ਲੱਗਣ ਦੇਣੇ ਵੀ ਇਹਦਾ ਕੋਈ ਪਹਿਲਾਂ ਇਹਨਾਂ ਕੋਲ ਵਾਧਾ ਘਾਟਾ ਹੋਵੇ ਦਿੱਤਾ ਦਿਆ ਉਹ ਫਿਰ ਜਾ ਰਿਹਾ ਸੀ ਇੱਥੋਂ ਸਾਡੇ ਬਜ਼ੁਰਗ ਦੱਸਦੇ ਹੁੰਦੇ ਸਾਡੇ ਮਤਲਬ ਜਦੋਂ ਉਹ ਆਉਂਦਾ ਜਾਂਦਾ ਸੀ ਨਾ ਜਵਾਰਾਂ ਜੂਰਾਂ ਦਾ ਉਦੋਂ ਟਾਈਮ ਸੀ ਦੱਸਦੇ ਬਜ਼ੁਰਗ ਸਾਡਾ ਦਾਦਾ ਆਉਂਦਾ ਅਤੇ ਸਾਡੇ ਬਾਬੇ ਕੋਲ ਆਉਂਦਾ ਹੁੰਦਾ ਜੀ ਉਹ ਚਾਚਾ ਸਾਡਾ ਸੀ ਸਾਡੇ ਬਾਬੇ ਨੂੰ ਜੀ ਜੀ ਅਤੇ ਉਹਨੂੰ ਕਦੇ ਪੁੱਛਿਆ ਉਹਨੇ ਬਾਪੂ ਸਾਡਾ ਦੱਸਦਾ ਹੁੰਦਾ ਜੀ ਬਾਬਾ ਸਾਡਾ ਵੀ ਉਹਨੂੰ ਕਿਤੇ ਪੁੱਛਿਆ ਵੀ ਬਾਬੇ ਸਾਡੇ ਨੇ ਵੀ ਦਲੌਰ ਰੌਲਾ ਰੌਲਾ ਜਿਹਾ ਪੈਂਦਾ ਕਹਿੰਦੇ ਪਾਕਿਸਤਾਨ ਬਣ ਜਾਣਾ ਯਾਰ ਇਹ ਕੀ ਆ ਪਾਕਿਸਤਾਨ ਕੀ ਆ ਅਤੇ ਆਪਾਂ ਤਾਂ ਇੱਥੇ ਰਹਿਣ ਵਾਲੇ ਜੱਦੀ ਪੁਸ਼ਤੀ ਆਪਾਂ ਰਹਿਣ ਵਾਲੇ ਹਾਂ ਇਹਦੇ ਇਹਦੇ ਕੀ ਆ ਇਹ ਅੱਛਾ ਉਹ ਕਹਿੰਦਾ ਆਪਾਂ ਨੂੰ ਕਿਹੜਾ ਇੱਥੇ ਹਿਲਾਉਣ ਲੱਗਾ ਆਪਾਂ ਆਪਣੀ ਜ਼ਮੀਨਾਂ 'ਚ ਬੈਠੇ ਹਾਂ ਸਾਨੂੰ ਕਹਦਾ ਫਿਕਰ ਆ ਹੋਊ ਜਿਹਨਾਂ ਲਈ ਬਣਦਾ ਬਣ ਜਾਏ ਅੱਛਾ ਅਤੇ ਕਹਿੰਦਾ ਸਾਨੂੰ ਕੋਈ ਫਿਕਰ ਨਹੀਂ ਕਹਿੰਦਾ ਉਹ ਤੋਂ ਬਾਅਦ 'ਚ ਉਹ ਫਿਰ ਚਲੋ ਚਲ ਗਿਆ ਥੋੜ੍ਹੀ ਦਿਨੀ ਉਹ ਇਸ ਪਿੰਡ ਤੋਂ ਜਵਾਰ ਗੁੱਟਦੇ ਗੁੱਟਦੇ ਨਾ ਉਹ ਤੁਰ ਪਿਆ ਉਹਨੂੰ ਪਤਾ ਲੱਗਾ ਵੀ ਰੌਲਾ ਰੌਲਾ ਪਿਆ ਇੱਧਰ ਨਾ ਅੱਗਾਂ ਉੱਗਾਂ ਲਾਤੀਆਂ ਸੀਗੀਆਂ ਜਲੰਧਰ ਦੇ ਲਾਗੇ ਨਹੀਂ ਉਹ ਮੇਰੇ ਖਿਆਲ ਹੈਗਾ ਪਿੰਡ ਕੀ ਆ ਬਰਾਣੇ ਦੇ ਨਾਲ ਕੋਈ ਪਿੰਡ ਸੀਗਾ ਛੋਟਾ ਜਿਹਾ ਜਿਹਦਾ ਉੱਥੇ ਉਹ ਨਾ ਹਮਲਾ ਪਹਿਲਾਂ ਹੋਇਆ ਅੱਗਾਂ ਉੱਗਾਂ ਲਾਤੀਆਂ ਉਹ ਕਹਿੰਦਾ ਮੈਂ ਪਤਾ ਕਰਿਆ ਵਾਂ ਉਹ ਜਦੋਂ ਪਤਾ ਕਰਨ ਤੁਰਿਆ ਅਤੇ ਇੱਥੇ ਲਾਗੇ ਮਾੜੀ ਹਰਨੀਆਂ ਪਿੰਡ ਹੈ ਛੋਟਾ ਜਿਹਾ ਸੀਗਾ ਦੱਸਿਆ ਉਹ ਮਾੜੀ ਹਰਨੀਆਂ ਤੋਂ ਉਹਨੇ ਘੋੜੀ ਲਈ ਕਿਸੇ ਦੀ ਉਹਦੀ ਆਪਣੀ ਘੋੜੀ ਉਹਦੇ ਕਿਸੇ ਭਰਾ ਨੇ ਖੜੀ ਸੀਗੀ ਜੀ ਜੀ ਉਹਨੇ ਉਹ ਘੋੜੀ ਲਈ ਉਹ ਘੋੜੀ ਸੀ ਮਾੜੀ ਉਹ ਜਦੋਂ ਲੈ ਕੇ ਨਿਕਲਿਆ ਅਤੇ ਉਹ ਜਿਹੜੇ ਬੰਦੇ ਉਦੋਂ ਸ਼ਰਾਰਤੀ ਸੀਗੇ ਜਿਹਨਾਂ ਨੂੰ ਸੀਗਾ ਵੀ ਇਹਨੂੰ ਪਹਿਲਾਂ ਮਾਰੀਏ ਉਹ ਮਗਰ ਲੱਗ ਗਿਆ ਉਹਦੇ ਠੀਕ ਹੈ ਜਦੋਂ ਉਹਨੂੰ ਇੱਥੇ ਵੀਰਪੁਰ ਦੇ ਲੱਗ ਸਕੇ ਉਹਨੂੰ ਕਿਤੇ ਨਾ ਲੈਣ ਦੇ ਲੱਗ ਕੇ ਘੇਰ ਲਿਆ ਉਹ ਜਦੋਂ ਇੱਧਰੋਂ ਘੇਰਿਆ ਅਤੇ ਉਹ ਘੋੜੀ ਜਿਹੜੀ ਸੀ ਉਹ ਮਾੜੀ ਸੀ ਪਹਿਲਾਂ ਤਾਂ ਉਹਨੇ ਕਿਹਾ ਵੀ ਕੀ ਗੱਲ ਹੋਈ ਵੀ ਕਿੱਦਾਂ ਤੁਸੀਂ ਇਕੱਠੇ ਹੋਏ ਫਿਰਦੇ ਹਾਂ ਭਾਈ ਬੰਦ ਸੀ ਸਾਰੇ ਜਾਣਦੇ ਹੋਣੇ ਆ ਜਾਣਦੇ ਕੁਝ ਦੋ ਚਾਰ ਸਾਡੇ ਪਿੰਡ ਦੇ ਕੋਈ ਵੀਰਪੁਰ ਦੇ ਸੀਗੇ ਕੁਛ ਭਤੀਜੇ ਦੇ ਸੀਗੇ ਜਿੱਦਾਂ ਜਾਣਦੇ ਇੱਕ ਦੂਜੇ ਨੂੰ ਉਹ ਜਦੋਂ ਉਹਨੇ ਦੇਖਿਆ ਵੀ ਇਹਨਾਂ ਦੀ ਨੀਤ ਵਿਗੜੀ ਆ ਬਰਸ਼ੀਆਂ ਪਿੱਛੇ ਪੜੀਆਂ ਉਹਨੇ ਘੋੜੀ ਲੈਣ ਦੂਜੇ ਪਾਸੇ ਲੈਣ ਸੀ ਉਹਦੇ ਨੂੰ ਉਹਨੇ ਕੋਸ਼ਿਸ਼ ਕੀਤੀ ਵੀ ਮੈਂ ਇਹਨੂੰ ਭਜਾਵਾਂ ਪਰ ਉਹ ਘੋੜੀ ਜਿਹੜੀ ਮਾੜੀ ਸੀ ਲੈਣ ਹੀ ਟੱਪ ਹੋਈ ਉਹ ਉਹਨੂੰ ਉੱਥੇ ਮਾਰਦਾ ਉਹਨੇ ਜਦੋਂ ਮਾਰਦਾ ਵੀ ਜਦੋਂ ਜੱਲੇ ਵਾਲੇ ਨੂੰ ਪਤਾ ਲੱਗਾ ਵੀ ਦਲੌਰ ਮਾਰਦਾ ਇਹ ਨਾ ਉਹਦੀ ਲਾਸ਼ ਲੈਣ ਵਾਸਤੇ ਨਿਕਲੇ ਇੱਥੋਂ ਸਾਰੇ ਪਿੰਡ ਦੇ ਲੋਕ ਜਿਹੜੇ ਸੀ ਟਮਕ ਜਾ ਕੇ ਉਹਦੀ ਵੀ ਲਾਸ਼ ਲੈਂਦੇ ਲੈ ਕੇ ਆਉਂਦੇ ਆ
ਉਹ ਜਦੋਂ ਨਿਕਲੇ ਤਾਂ ਫਿਰ ਕੁਛ ਸਾਡੇ ਪਿੰਡ ਦੇ ਲੋਕ ਸੀਗੇ ਜਿਹੜੇ ਜਾਂ ਲਾਗੇ ਭਤੀਜਾ ਪਿੰਡ ਆ ਜਾਂ ਹੋਰ ਜਿਹੜੇ ਸੀ ਸਿਆਣੇ ਬੰਦੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਇੱਦਾਂ ਕਰੋ ਇਹ ਹੁਣ ਤੁਸੀਂ ਇਸ ਚੱਕਰ 'ਚ ਨਾ ਵੀ ਉਹ ਲਾਸ਼ ਲੈਣ ਨਾ ਜਾਓ ਮਾਹੌਲ ਖਰਾਬ ਹੋ ਚੁੱਕਾ ਜੀ ਜੀ ਅਤੇ ਵਧੀਆ ਇਹ ਆ ਵੀ ਤੁਸੀਂ ਆਪਣਾ ਜਿਹੜਾ ਬਚਾਅ ਕਰੋ ਠੀਕ ਹੁਣ ਟਾਈਮ ਜਿਹੜਾ ਉਹ ਨਹੀਂ ਰਹਿ ਗਿਆ ਤੁਸੀਂ ਉਹਨੂੰ ਉਹਦੇ ਪਿੱਛੇ ਨਾ ਜਾਓ ਤੁਸੀਂ ਆਪਣਾ ਬਚਾਅ ਕਰੋ ਉਹ ਫਿਰ ਉਸੇ ਰਾਤ ਨੂੰ ਹੀ ਜੀ ਜੀ ਸਾਰਾ ਹੀ ਜੱਲਾ ਜਿੱਦਾਂ ਵੀ ਕਿਸੇ ਦਾ ਸੀਗਾ ਉਹ ਛੱਡ ਕੇ ਇੱਦਾਂ ਹੀ ਸਾਰੇ ਚੱਲ ਗਏ ਉਹ ਇਹ ਨਹੀਂ ਪਤਾ ਵੀ ਕੈਂਪ 'ਚ ਗਏ ਜਾਂ ਕਿੱਦਾਂ ਮਤਲਬ ਕੈਂਪ ਨਾਲ ਰਲੇ ਹੋਣਗੇ ਕਿਤੇ ਜੀ 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 ਉਹ ਫਿਰ ਜੱਲਾ ਛੱਡ ਕੇ ਨਾ ਅਤੇ ਰਾਤੋ ਰਾਤ ਹੀ ਉਹ ਸਾਰੇ ਚੱਲ ਗਏ ਸਵੇਰ ਨੂੰ ਪਤਾ ਲੱਗਾ ਵੀ ਉੱਥੇ ਕੋਈ ਨਹੀਂ ਪਿੰਡ ਦੇ ਵਿੱਚ ਕੋਈ ਬੰਦਾ ਨਹੀਂ ਸੀਗਾ ਜਿਹੜੇ ਬਜ਼ੁਰਗ ਸੀ ਨਾ ਬੈਠੇ ਜਿਹੜੇ ਨਹੀਂ ਤੁਰ ਸਕਦੇ ਉਹ ਰਹਿ ਗਏ ਅੱਛਾ ਉਹ ਦੱਸਦੇ ਜਾਣੀ ਵੀ ਉਹਨਾਂ ਦਾ ਕੀ ਬਣਿਆ ਉਹਨਾਂ ਦਾ ਵੀ ਕਮਰ ਮੁਰਗਾ ਉਹਨਾਂ ਨੇ ਕੀ ਆ ਜਾਂ ਕਿਸੇ ਨੂੰ ਮਾਰਤੇ ਜਾਂ ਲੁੱਟ ਲੜ ਗਿਆ ਜਿਹੜੇ ਜਦੋਂ ਤੁਸੀਂ ਉਹ ਪਿੰਡ ਦੇਖਣ ਗਏ ਸੀ ਜੱਲਾ ਹਾਂਜੀ ਉਦੋਂ ਬਜ਼ੁਰਗ ਸੀਗੇ ਉੱਥੇ ਪਿੰਡ 'ਚ ਇੱਕ ਬੁੜੀ ਅਤੇ ਇੱਕ ਬੁੜਾ ਦੇਖਿਆ ਸੀ ਉਹਨਾਂ ਨੂੰ ਤੁਸੀਂ ਗੱਲ ਕੀਤੀ ਸੀ ਗੱਲ ਇੰਨੀ ਕੁ ਕੀਤੀ ਉਹਨਾਂ ਸਾਨੂੰ ਦਬਕਾ ਜਿਹਾ ਮਾਰਿਆ ਤੁਸੀਂ ਇੱਥੇ ਕੀ ਕਰਦੇ ਹਾਂ ਅੱਛਾ ਜੀ ਅਸੀਂ ਕੀ ਅਸੀਂ ਕਿਹਾ ਵੀ ਇੱਥੇ ਅਸੀਂ ਦੇਖਣ ਆਏ ਹਾਂ ਵੀ ਕੀ ਨਿਆਣੇ ਹੁੰਦੇ ਸੀ ਵਿਹਲੇ ਸੀ ਕੰਮ ਕਾਰ ਕੋਈ ਨਹੀਂ ਸੀ ਅੱਛਾ ਜੀ ਉਹਨਾਂ ਸਾਨੂੰ ਜਾਣੀ ਕੁਛ ਨਹੀਂ ਵਿਚਾਰਿਆਂ ਕਿਹਾ ਅਸੀਂ ਉਹਨਾਂ ਨਾਲ ਗੱਲ ਜ਼ਰੂਰ ਕੀਤੀ ਆ ਅੱਛਾ ਜੀ ਅਤੇ ਇੱਕ ਬੁੜੀ ਅਤੇ ਬੁੜਾ ਕੱਚੇ ਜਿਹੇ ਕੋਠੇ ਸੀਗੇ ਉਹਨਾਂ ਸਾਨੂੰ ਕਿਹਾ ਤੁਸੀਂ ਇੱਥੇ ਕੀ ਕਰਦੇ ਹੋ ਅੱਛਾ ਨਿਆਣਿਆਂ ਨੂੰ ਜਿੱਦਾਂ ਦਬਕਾ ਮਾਰੀ ਦਾ ਉਹ ਦੋ ਹੀ ਅਸੀਂ ਦੇਖੇ ਜ਼ਿਲ੍ਹੇ ਦੇ ਵਿੱਚ ਹੋਰ ਕੋਈ ਨਹੀਂ ਦੇਖਿਆ ਅਤੇ ਪਸ਼ੂ ਅੱਗੇ ਵੀ ਤੁਹਾਨੂੰ ਦੱਸ ਚੁੱਕਾ ਵੱਜੋ ਸੀਗੇ ਵੱਜੋ ਸੰਗਲ ਉੱਦਾਂ ਹੀ ਕੋਈ ਮਰਿਆ ਕੋਈ ਮਰਨ ਵਾਲਾ ਪਤਾ ਨਹੀਂ ਦੋ ਦਿਨਾਂ ਦੇ ਪਤਾ ਨਹੀਂ ਚੌਂ ਦਿਨਾਂ ਦੇ ਹੋਣਗੇ ਇੱਦਾਂ ਹੋਏ ਅੱਛਾ ਅੱਛਾ ਇਹ ਸਾਡੇ ਪਿੰਡ ਦਾ ਜੀ ਜਿਹੜਾ ਨਾ ਮੈਂ ਉੱਥੇ ਜਦੋਂ ਗੱਲਬਾਤ ਕਰਦਾ ਰਿਹਾ ਨਾ ਉਹ ਸਾਨੂੰ ਉਹਨਾਂ ਪੁਰਾਣੇ ਬੰਦਿਆਂ 'ਚੋਂ ਇੱਕ ਮਹਿੰਗਾ ਆ ਉਹ ਸੀਗਾ ਜਿਹੜਾ ਸਾਡਾ ਚਾਚਾ ਸਾਡਾ ਚਾਚਾ ਉਹਨੇ ਗੱਲਾਂ ਮਤਲਬ ਉਹ ਪਿੰਡ ਬਾਰੇ ਦਾ ਉਹਨੂੰ ਪੁੱਛਦਾ ਰਿਹਾ ਵੀ ਸਾਡਾ ਪਿੰਡ ਕਿੱਦਾਂ ਸੀ ਕਿੱਦਾਂ ਉਹ ਕਹਿੰਦਾ ਜੀ ਸਾਡਾ ਬੜਾ ਪਿਆਰ ਸੀ ਉੱਧਰ ਉੱਧਰ ਹੀ ਅਸੀਂ ਬੜੇ ਇਕੱਠੇ ਰਹਿੰਦੇ ਸੀ ਕੋਈ ਗੱਲ ਨਹੀਂ ਇਹੋ ਜੀ ਸਾਨੂੰ ਪਿੰਡ 'ਚ ਕਿਸੇ ਨੇ ਕੁਛ ਨਹੀਂ ਕਿਹਾ ਸਾਡਾ ਇੰਨਾ ਵਧੀਆ ਪਿਆਰ ਸੀਗਾ ਉਹ ਤਾਂ ਅਸੀਂ ਆਪਣੀ ਮਰਜ਼ੀ ਨਾਲ ਆਏ ਹਾਂ ਵੀ ਜਦੋਂ ਰਿਸ਼ਤੇ ਕਿੱਥੇ ਕਰਾਂਗੇ ਸਾਡੇ ਜਿਹੜੇ ਹੁਣ ਲੋਕ ਸਾਰੇ ਚੱਲ ਗਏ ਹਨ ਜਿਹੜੇ ਕੋਈ ਹੈਗੇ ਆ ਸਾਨੂੰ ਮਗਰੋਂ ਪਤਾ ਲੱਗਾ ਵੀ ਇੱਥੇ ਤਾਂ ਲੋਕ ਰਹਿੰਦੇ ਆ ਪਤਾ ਨਹੀਂ ਸੀ ਉਦੋਂ ਵੀ ਪਿੰਡਾਂ ਦੇ ਵਿੱਚ ਕੋਈ ਬੰਦਾ ਰਹਿ ਗਿਆ ਜਾਂ ਨਹੀਂ ਰਹਿ ਗਿਆ ਅਤੇ ਫਿਰ ਉਹਨੇ ਇਹ ਗੱਲ ਦੱਸੀ ਇੱਕ ਵੀ ਸਾਡੀ ਉਦੋਂ ਵੀ ਪਹਿਲਾਂ ਵੀ ਬੱਕਰੀਆਂ ਬੁਕਰੀਆਂ ਚਾਰਦੇ ਸੀਗੇ ਲੋਕ ਸਾਡੇ ਹੈ ਨਾ ਬੱਕਰੀਆਂ ਬੁਕਰੀ ਸੀਗੀਆਂ ਉਹ ਕਹਿੰਦੇ ਵੀ ਇੱਕ ਬੱਕਰੀ ਨਾ ਸਾਡੀ ਕਿਸੇ ਨੇ ਸ਼ਰਾਰਤੀ ਨੇ ਉਦੋਂ ਜਦੋਂ ਰੌਲਾ ਜਿਹਾ ਇੱਦਾਂ ਪੈਂਦਾ ਹੀ ਸੀਗਾ ਕਰ ਗਿਆ ਅਤੇ ਬੱਕਰੀ ਇੱਕ ਚੱਕ ਲਈ ਕੋਈ ਫੜਕੇ ਦੇ ਵਿੱਚੋਂ ਜਾ ਲੈ ਗਿਆ ਅਤੇ ਉਹ ਕਹਿੰਦਾ ਵੀ ਜਦੋਂ ਅਸੀਂ ਦੱਸਿਆ ਉਹਨੂੰ ਲੰਬੜਦਾਰ ਨੂੰ ਮੱਸਾ ਸੋ ਦਾ ਨਾਂ ਸੀ ਉਹਨੂੰ ਅਸੀਂ ਦੱਸਿਆ ਵੀ ਸਾਡੀ ਬੱਕਰੀ ਕੋਈ ਚੱਕ ਲੈ ਗਿਆ ਉਹ ਕਹਿੰਦਾ ਉਹਨੇ ਗੁਰਦੁਆਰੇ ਦੇ ਕੋਲ ਉਦੋਂ ਪਛਾਤਾ ਕਰਦੇ ਹੁੰਦੇ ਸੀ ਥੜਾ ਸੀਗਾ ਉੱਥੇ ਪਛਾਤਾ ਕਰਦੇ ਉਹਨੇ ਸਾਰੇ ਲੋਕ ਉੱਥੇ ਸੱਦੇ ਨਾਲ ਉਹਨਾਂ ਦੇ ਸੀਗਾ ਲਛਮਣ ਸੋ ਉਹ ਸਰਪੰਚ ਵੀ ਰਿਹਾ ਮਗਰੋਂ ਅਤੇ ਉਹਨਾਂ ਨੇ ਉਹਨੂੰ ਸੱਦਿਆ ਬੰਦਿਆਂ ਨੂੰ ਉਹਨਾਂ ਨੇ ਕਿਹਾ ਪਤਾ ਹੀ ਹੁੰਦਾ ਪਿੰਡ ਦੇ ਬੰਦੇ ਜਿਹੜੇ ਸ਼ਰਾਰਤੀ ਉਹ ਕਹਿੰਦਾ ਵੀ ਜਿਹਦੀ ਵੀ ਬੱਕਰੀ ਜਿੱਥੇ ਵੀ ਜਿਹਨੇ ਵੀ ਖੜੀ ਆ ਉਹ ਬੱਕਰੀ ਰਾਤੋ ਰਾਤ ਆਉਣੀ ਚਾਹੀਦੀ ਆ ਅੱਛਾ ਨਹੀਂ ਆ ਤਾਂ ਜਦੋਂ ਪਤਾ ਲੱਗ ਗਿਆ ਮੈਂ ਉਹਦੀ ਖੈਰ ਨਹੀਂ ਉਹਦੇ ਨਾਲ ਮਤਲਬ ਰਹੂਗੀ ਉਹ ਕਹਿੰਦਾ ਵੀ ਰਾਤ ਨੂੰ ਬੱਕਰੀ ਛੱਡ ਗਿਆ ਸਾਡੀ ਨਹੀਂ ਇਹਨਾਂ ਦੀ ਇੱਦਾਂ ਦੇ ਵਧੀਆ ਇੱਕ ਉਹਨਾਂ ਨੇ ਹੋਰ ਗੱਲ ਦੱਸੀ ਵੀ ਜਦੋਂ ਘੁਮਿਆਰਾ ਪਿੰਡ ਜਿਹੜਾ ਨਾ ਉਹ ਸਾਰਾ ਹੀ ਧੋਖੇ ਨਾਲ ਮਾਰ ਦਿੱਤਾ ਸੀ ਮਿਲਟਰੀ ਬਣ ਕੇ ਨਾ ਜਿਹੜੇ ਕੁਛ ਲੋਕ ਸੀਗੇ ਨਾ ਬਾਹਰਲੇ ਉਹਨਾਂ ਨੇ ਕਿਹਾ ਅਸੀਂ ਮਿਲਟਰੀ ਵਾਲੇ ਹਾਂ ਅਤੇ ਉਹ ਇੱਦਾਂ ਜਦੋਂ ਸਲਾਹ ਕਰਦੇ ਸੀ ਨਾ ਕਰਤਾਰਪੁਰ ਦੇ ਵਿੱਚ ਸ਼ਹਿਰ 'ਚ ਸਲਾਹ ਕਰਦੇ ਸੀਗੇ ਇੱਥੋਂ ਇੱਕ ਬੁੜੀ ਇੱਕ ਗਈ ਸੈਣੀ ਕੋਈ ਆਪਣਾ ਸੌਦਾ ਸੌਦਾ ਲੈ ਕੇ ਜੀ ਜੀ ਉਹ ਜਦੋਂ ਲੈ ਕੇ ਗਈ ਤੇ ਉਹਨੇ ਜਦੋਂ ਪਿੰਡ 'ਚ ਜਾ ਕੇ ਦੱਸਿਆ ਤੇ ਵੀ ਮੈਂ ਵੀ ਬੰਦਿਆਂ ਦੀ ਕੋਈ ਨੀਤ ਖਰਾਬ ਆ ਧਿਆਤੇ ਹਮਲਾ ਹੋ ਜਾਣਾ ਜਾਂ ਧਿਆਤੇ ਕੋਈ ਧੋਖਾ ਹੋ ਜਾਣਾ ਧਿਆਨ ਤੇ ਤੁਸੀਂ ਨਾ ਧਿਆਨ ਨਾ ਰਿਹੋ ਅਤੇ ਪਿੰਡੋਂ ਪੈਰ ਨਾ ਚੱਕਿਓ ਉਹ ਕਹਿੰਦੇ ਐਵੇਂ ਇਹਦਾ ਦਿਮਾਗ ਖਰਾਬ ਹੋਇਆ ਬੁੜੀ ਦਾ ਐਵੇਂ ਮਰੀ ਜਾਂਦੀ ਆਪਾਂ ਰਾਤ ਨੂੰ ਚੱਲ ਜਾਣਾ ਪਿਆ ਜਿਹੜੀ ਮਿਲਟਰੀ ਸਾਨੂੰ ਲੈਣ ਆਈ ਆ ਉਹ ਮਿਲਟਰੀ ਨਾ ਮਿਲਟਰੀ ਬਣ ਕੇ ਜਾਲੀ ਮਿਲਟਰੀ ਵਾਲੇ ਬਣ ਕੇ ਉਹਨਾਂ ਨੂੰ ਕਹਿੰਦੇ ਵੀ ਤੁਹਾਨੂੰ ਅਸੀਂ ਕੈਂਪ 'ਚ ਛੱਡ ਦਿੰਦੇ ਹਾਂ ਅਤੇ ਤੁਸੀਂ ਨਿਕਲੋ ਇੱਥੇ ਕਦਰਾਇਆ ਉਹ ਜਦੋਂ ਉਹਨਾਂ ਨੂੰ ਲੈ ਕੇ ਉਹ ਰਾਤ ਨੂੰ ਸਾਰਾ ਆਪਣਾ ਕੋਈ ਪੈਸੇ ਪੂਸੇ ਜੋ ਕੁਛ ਵੀ ਸੀਗਾ ਉਹ ਸਾਰਾ ਆਪਣਾ ਇਕੱਠਾ ਕਰਕੇ ਉਹਨਾਂ ਕਿਹਾ ਵੀ ਸੇਫ ਆ ਅਸੀਂ ਉਹ ਲੈ ਕੇ ਅਤੇ ਇੱਧਰ ਨੂੰ ਝੱਲ ਵੱਲੋਂ ਨਿਕਲੇ ਜੀ ਜੀ ਜਦੋਂ ਬਾਹਰ ਆਏ ਉੱਥੇ ਲੋਕ ਹੋਰ ਵੀ ਬੈਠੇ ਸੀ ਉਹ ਸਾਰਾ ਪਿੰਡ ਮਾਰਦਾ ਅਤੇ ਉਹਦੇ 'ਚ ਕੋਈ ਤਕੜਾ ਜਿਹੜਾ ਸੀ ਕੋਈ ਭੱਜ ਭੁੱਜ ਕੇ ਵੱਜ ਗਿਆ ਇੱਕ ਉਹਨਾਂ ਦੇ ਵਿੱਚੋਂ ਮੁੰਡਾ ਸੀਗਾ ਉਦੋਂ ਕੋਈ 18-19 ਸਾਲਾਂ ਦਾ ਉਹ ਭੱਜ ਕੇ ਅਤੇ ਸਾਡੇ ਪਿੰਡ ਆ ਗਿਆ ਅੱਛਾ ਜੀ ਇੱਥੇ ਉਹ ਜਦੋਂ ਸਾਡੇ ਪਿੰਡ ਆ ਗਿਆ ਅਤੇ ਉਹਨੂੰ ਇਹਨਾਂ ਨੇ ਸਾਡੇ ਬੰਦਿਆਂ ਨੇ ਰੱਖਿਆ ਉਹਨੂੰ ਆਪਣੇ ਘਰ ਜਦੋਂ ਘਰ ਰੱਖਿਆ ਤਾਂ ਉਹ ਜ਼ਖਮੀ ਹੋਇਆ ਸੀ ਉਹਦੇ ਬਰਛੀ ਇੱਥੇ ਲੱਗੀ ਸੀ ਤਾਂ ਕੁਝ ਉਹਦਾ ਅੰਦਰ ਅੰਦਰ ਜਿੱਦਾਂ ਇਹਨੇ ਬਾਹਰ ਆਈਆਂ ਜੀ 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 ਇਹ ਫਿਰ ਗਿਆ ਮੱਸਾ ਸਿੰਘ ਲੰਬੜਦਾਰ ਕੋਲ ਵੀ ਤੁਸੀਂ ਇਹ ਸਾਡੇ ਕੋਲ ਇੱਦਾਂ ਇੱਦਾਂ ਇਹਨੂੰ ਤਾਂ ਖਤਰਾ ਲੋਕ ਮਾਰ ਦੇਣਗੇ ਆਹ ਬੰਦਾ ਸਾਡੇ ਕੋਲ ਇੱਦਾਂ ਆ ਗਿਆ ਉਹਦਾ ਕੀ ਕਰੀਏ ਉਹ ਕਹਿੰਦਾ ਕੋਈ ਨਹੀਂ ਆ ਗਿਆ ਤਾਂ ਉਹਨੂੰ ਅੰਦਰ ਹੀ ਰੱਖੋ ਤੁਸੀਂ ਨਹੀਂ ਕਿਤੇ ਵੀ ਜਾਣਾ ਅੱਛਾ ਜੀ ਉਹ ਕਹਿੰਦੇ ਆਪ ਹਕੀਮ ਲਿਆਉਂਦਾ ਰਿਹਾ ਆਪ ਹਕੀਮ ਨੇ ਘਰੋਂ ਪੱਟੀ ਕਰਕੇ ਜਾਣਾ ਉਹਨੂੰ ਵੀ ਹਕੀਮ ਨੂੰ ਕਿਹਾ ਵੀ ਤੂੰ ਦੱਸਣਾ ਨਹੀਂ ਕਿਸੇ ਨੂੰ ਵੀ ਕੌਣ ਆਏ ਅੱਛਾ ਅਤੇ ਉਹਨੇ ਇਲਾਜ ਕਰਾਇਆ ਉਹਦਾ ਜਦੋਂ ਠੀਕ ਹੋਇਆ ਨਾ ਫਿਰ ਉਹਨੂੰ ਕੈਂਪ ਛੱਡ ਗਿਆ ਯਾਨੀ ਇਹੋ ਜਿਹਾ
और साडा उदों भी वधिया बजुर्गों तो सुनिया भी पहले प्यार रहा पिंड दे नाल ਅਸੀਂ ਇਹਨੂੰ ਭੂਆ ਕਹਿੰਦੇ ਹਾਂ। ਅੱਛਾ ਜੀ। ਇਹ ਮੇਰੇ ਬਾਪ ਦੇ ਨਾਨਕਿਆਂ ਤੋਂ ਡਮੇਲੀ ਤੋਂ ਆ। ਅੱਛਾ, ਡਮੇਲੀ ਤੋਂ। ਮੇਰੇ ਮਾਂ ਬਾਪ ਦੇ ਨਾਨਕੇ ਦੇ ਪੁੱਤ ਮਾਮੇ ਪੁੱਤ ਸੀਗੇ ਜੀ ਜੀ, ਚਾਰ ਭਾਈ ਸੋ ਚੰਨਣ ਸੋ ਸਵਰਨ ਸੋ ਮਹਿੰਗਾ ਸੋ ਜੀ ਜੀ, ਉਹਨਾਂ ਦਾ ਇਹਨਾਂ ਦਾ ਘਰ ਲਾਗੇ ਸੀ। ਅੱਛਾ 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 ਅੱਛਾ। ਉਹ ਫਿਰ ਇਹਨਾਂ ਦਾ ਬਾਪ ਕਹਿੰਦਾ ਚੰਨਣ ਸਿੰਘ ਨੂੰ, ਮੈਂ ਹੁਣ ਤਾਇਆ ਸਾਦਾ ਸੀ ਮੇਰੇ ਬਾਪ ਦਾ ਮਾਮੇ ਪੁੱਤ ਭਰਾ ਸੀ। ਅੱਛਾ, ਵੀ ਸਵਰਨ ਸਿੰਘ ਇੱਕ ਕਾਲ ਨਹੀਂ ਮੁੰਡਾ ਦੇਖਿਆ, ਅਸੀਂ ਉਹਨੂੰ ਦੇਖਣ ਜਾਣਾ ਸਾਡੇ ਪਿੰਡ ਇੱਦਾਂ। ਅੱਛਾ, ਵੀ ਉੱਥੇ ਚੱਲਣਾ। ਇਹਨਾਂ ਦਾ ਬਾਪ ਉਹਨੂੰ ਲੈ ਕੇ ਇੱਥੇ ਆ। ਅੱਛਾ, ਇੱਥੇ ਆ ਕੇ ਮੇਰੇ ਬਾਪ ਨੂੰ ਪੁੱਛਿਆ, ਉਹ ਕਹਿੰਦਾ ਇਹ ਤਾਂ ਸਾਡਾ ਹੀ ਤਾਇਆ, ਹਾਲ ਇਹਦਾ ਮੁੰਡਾ ਸ਼ੇਰੋ ਆ। ਉਹ ਫਿਰ ਰਿਸ਼ਤਾ ਘਟ ਗਿਆ ਸੀ। ਅੱਛਾ, ਅਤੇ ਉਹ ਮੇਰਾ ਤਾਇਆ ਕਹਿ ਗਿਆ ਸੀਗਾ ਇਸ ਭੂਆ ਦੇ ਬਾਪ ਨੂੰ, ਅਤੇ ਕਹਿ ਗਿਆ ਸੀ ਵੀ ਸਲਾਮ ਤੇਰੇ ਬਾਪ ਨੂੰ, ਵੀ ਆਹ ਸਵਰਨਸੋ ਜਿਹੜਾ ਹੈ ਸਾਡਾ ਭਰਾ ਆ, ਇਹਨੂੰ ਆਪਾਂ ਵਿੱਚ ਰੱਖ ਲਈਏ ਅਤੇ ਰਿਸ਼ਤਾ ਆਪਣਾ ਫਿਰ ਵਿਆਹ ਕਰ ਲਈਏ। ਅੱਛਾ ਅੱਛਾ। ਉਹ ਫਿਰ ਸਾਨੂੰ ਇਹਨਾਂ ਵਿੱਚ ਰੱਖਿਆ ਸੀ, ਮੇਰਾ ਬਾਪ ਝੋਲਾ ਬਣਿਆ ਸੀ। ਅੱਛਾ ਜੀ। ਅਤੇ ਸਲਾਮ ਅਤੇ ਰਿਸ਼ਤਾ ਫਿਰ ਸ਼ੇਰ ਦਾ ਕੀਤਾ ਸੀ, ਵਿਆਹ ਕੀਤਾ ਸੀ। ਅਸੀਂ ਇਹਨੂੰ ਭੂਆ ਸਾਦੇ ਹਾਂ ਅਤੇ ਅਸੀਂ ਇਹਨਾਂ ਦੇ ਆਉਂਦੇ ਹਾਂ, ਸਾਡੇ ਜਾਂਦੇ ਹਾਂ, ਅਤੇ ਸਾਡਾ ਆਪਸ ਵਿੱਚ ਹੀ ਭਾਈਚਾਰੇ ਵਾਲਾ ਕੰਮ ਆ। ਠੀਕ ਹੈ ਜੀ, ਬਹੁਤ ਵਧੀਆ ਗੱਲ ਹੈ ਜੀ, ਬਹੁਤ ਵਧੀਆ ਗੱਲ ਹੈ। ਨੇਕ ਮੁਹੰਮਦ ਜੀ, ਪਾਕਿਸਤਾਨ ਗਏ, ਤੁਸੀਂ ਆਪਣੀ ਬਰਾਦਰੀ ਦੇ ਜਿਹੜੇ ਲੋਕ ਉਹਨਾਂ ਨੂੰ ਮਿਲੇ, ਬਾਕੀ ਲੋਕਾਂ ਨੂੰ ਵੀ ਮਿਲੇ, ਇਹ ਰਹਿਣ ਸਹਿਣ ਦਾ ਫਰਕ ਹੈਗਾ ਉੱਧਰਲਾ ਅਤੇ ਇੱਧਰਲਾ? ਇਹ ਨਹੀਂ ਜੀ, ਰਹਿਣ ਸਹਿਣ ਬਹੁਤ ਵਧੀਆ ਉਹਨਾਂ ਦਾ, ਪਰ ਇਹ ਹੈ ਵੀ ਸਾਡੇ ਥੋੜ੍ਹੇ ਜਿਹੇ ਲੋਕ ਜਿਹੜੇ ਐਡਵਾਂਸ ਆ ਉਹਨਾਂ ਨਾਲ, ਉੱਥੇ ਆਪਾਂ ਦੇਖਦੇ ਜਿਹੜਾ ਅਸੀਂ ਅੱਜ ਤੋਂ 20 ਸਾਲ ਪਹਿਲਾਂ ਜਿਹੜਾ ਮਾਹੌਲ ਹੁੰਦਾ ਸੀ ਨਾ, ਵੀ ਬਾਹਰ ਮੰਜੇ ਡਾਹ ਕੇ ਬਹਿ ਜਾਣਾ ਲੋਕਾਂ ਨੇ, ਮਜੋਰਟੀਆਂ ਲੱਗਣੀਆਂ, ਇਕੱਠੇ ਬਹਿਣਾ, ਬਜ਼ੁਰਗਾਂ ਦੇ ਜਿੱਦਾਂ ਗੱਲਬਾਤ ਹੁੰਦੀਆਂ, ਉਹ ਅੱਜ ਵੀ ਮਾਹੌਲ ਉੱਥੇ ਮਿਲ ਜਾਂਦਾ ਸਾਨੂੰ ਦੇਖਣ ਲਈ, ਕਿਉਂਕਿ ਲੋਕਾਂ ਦਾ ਪਿਆਰ ਹੈਗਾ। ਆਹ ਜਿਹੜੀਆਂ ਆਪਾਂ ਗੱਲਾਂ ਬਾਤਾਂ ਸੁਣਦੇ ਨਾ ਵੀ ਉੱਥੇ ਲੜਾਈਆਂ ਝਗੜੇ ਬੰਬ ਧਮਾਕੇ, ਉਹ ਕਿਸੇ ਦੂਜੀਆਂ ਸਾਈਡਾਂ ਦੇ ਆ, ਲੇਕਿਨ ਜਿਹੜਾ ਪੰਜਾਬ ਦਾ ਏਰੀਆ ਨਾ, ਜਿਹੜਾ ਫੈਸਲਾਬਾਦ ਹੋ ਗਿਆ, ਇਹਦੇ ਆਸ ਪਾਸ ਸ਼ੇਖੂਪੁਰਾ ਹੋ ਗਿਆ ਜਾਂ ਇਹਨਾਂ ਦੇ, ਬਹੁਤ ਵਧੀਆ ਮਾਹੌਲ ਆ, ਕੋਈ ਡਰ ਨਹੀਂ, ਕੋਈ ਰਾਤ ਨੂੰ ਲੋਕ ਆਮ ਤੁਰੇ ਫਿਰਦੇ ਆ, ਅਤੇ ਲੋਕ ਇੱਕ ਦੂਜੇ ਨਾਲ ਬਹਿ ਕੇ ਗੱਲਾਂ ਬਾਤਾਂ ਕਰਦੇ, ਦਾਦਾ 15-15-20-20 ਬੰਦੇ ਬੈਠੇ ਗੱਲਾਂ ਬਾਤਾਂ ਕਰਦੇ ਆ। ਠੀਕ ਹੈ ਜੀ, ਤੁਹਾਡੀਆਂ ਰਿਸ਼ਤੇਦਾਰੀਆਂ ਕਿੰਨੀਆਂ ਕੁ ਉੱਥੇ? ਕਾਫੀ ਹੋਣੀਆਂ। ਹਾਂ ਜੀ, ਸਾਡਾ ਬਹੁਤ ਪਰਿਵਾਰ ਹੈ ਜੀ ਉੱਥੇ। ਜਿੱਦਾਂ ਤੁਹਾਡਾ ਪਰਿਵਾਰ ਆ ਜੀ, ਜੀ ਤੁਹਾਡੇ ਬੀਬੀ ਜੀ ਹੋਣਾ ਦਾ ਪਰਿਵਾਰ ਆ ਜੀ, ਜੀ ਇਹ ਵੀ ਚੱਲ ਗਏ ਉੱਧਰ, ਇਹਨਾਂ ਦੀਆਂ ਮਾਸੀਆਂ ਵਗੈਰਾ ਜਿਹੜੀਆਂ ਗੁਜਰਾਤਾਂ ਵਾਲੀਆਂ ਸੀ ਦੱਸਦੇ ਆ ਜੀ। ਜੀ ਜੀ, ਅਸਲ ਉਹਦੇ ਬਾਰੇ ਜਿਹੜੇ ਨਾ ਸਾਡੀ ਮਾਤਾ ਦੇ ਜਿਹੜੀ ਰਿਸ਼ਤੇਦਾਰੀ ਆ, ਹਾਂਜੀ, ਉਹਨਾਂ ਬਾਰੇ ਨਹੀਂ ਸਾਨੂੰ, ਨਾ ਇੰਨਾ ਟਾਈਮ ਮਿਲਿਆ, ਨਾ ਉੱਧਰ ਅਸੀਂ ਜਾ ਸਕੇ, ਕਿੱਥੇ ਬੈਠੇ ਸਾਨੂੰ ਨਹੀਂ ਪਤਾ ਜੀ। ਇਹ ਤਾਂ ਜਿਹੜੇ ਸਾਡੇ ਤਾਏ ਚਾਚੇ ਸੀਗੇ ਉਹਨਾਂ ਦਾ ਹੀ ਪਰਿਵਾਰ ਨਹੀਂ ਸਾਤੋਂ ਦੇਖਿਓ, ਕਿਉਂਕਿ ਕਾਫੀ ਪਰਿਵਾਰ ਹੋ ਗਿਆ, ਕਾਫੀ ਪਰਿਵਾਰ ਹੋ ਗਿਆ। ਹਾਂਜੀ ਹਾਂਜੀ, ਕਿਉਂਕਿ ਜਿੱਦਾਂ ਮਤਲਬ ਕਹਿ ਲਓ ਸਾਡਾ ਬਾਪ ਜਿਹੜਾ ਸੀ ਉਹਦਾ, ਉਹ ਸਾਰਾ ਤੋਂ ਛੋਟੇ ਸੀ, ਠੀਕ ਹੈ, ਉਹ ਇੱਥੇ ਰਹਿ ਗਏ, ਉਹਨਾਂ ਦੀ ਆਸੀ ਕਾਫੀ ਪਰਿਵਾਰ ਆ ਰੱਬ ਸ਼ੁਕਰ ਕੇ। ਉਹ ਜਿਹੜੇ ਸਾਡੇ ਉੱਥੇ ਗਏ ਸੀ, ਚਾਰ ਤਾਏ ਸੀਗੇ ਸਾਡੇ ਜੀ ਜੀ ਜੀ, ਉਹਨਾਂ ਦੇ ਪਰਿਵਾਰ ਆ, ਗਾਂ ਉਹਨਾਂ ਦੇ ਬੱਚੇ ਆ, ਗਾਂ ਮਤਲਬ ਕਾਫੀ, ਜਾਂ ਉਹਨਾਂ ਦੀਆਂ ਕੁੜੀਆਂ ਸਾਡੀਆਂ ਜਿਹੜੀਆਂ ਮਤਲਬ ਭੂਆ ਸੀਗੀਆਂ ਜੀ ਜੀ, ਜਿਹੜੀਆਂ ਚਾਚਾ ਤਾਏ ਤੋਂ, ਉਹਨਾਂ ਦੇ ਗਾਂ ਹੈਗੇ, ਮਤਲਬ ਪਰਿਵਾਰ ਕਾਫੀ ਹੈ ਜੀ, ਕਾਫੀ ਹੈ। ਠੀਕ ਹੈ ਜੀ, ਠੀਕ ਹੈ, ਚਲੋ ਜੀ, ਠੀਕ ਹੈ, ਚਲੋ ਇੱਕ